स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल दे पहली बार वीडियो देख रहे हैं उन्हां नूं रिक्वेस्ट आ कि अपने यूट्यूब चैनल जो सबसक्राइब कर लियो। सो किसी भी वीर ने इदां दी ऐड करवाउणी होवे तां तुसीं मेरे नाल कॉन्टैक्ट कर सकदे हो। मेरा मोबाइल नंबर है 84 270 19 817। सो अज दी वीडियो विच आपां तुहानूं 7-8 बैड़ा दिखाउणियां एच एफ जर्सी क्रॉस सारे तरह दियां एक तरह दियां। यह 7-8 नग वीर देखेगा बकाऊ विच एक दो नग सेल भी होए हुए है ते बाकी आपां थोड़ा रेट वगैरह डिटेल साझी करदे आं। सत श्री अकाल भाई। सत श्री अकाल जी। हाँ जी वीरे नाम एड्रैस बोले अपने। नाम सुखचैन सिंह जी, पिंड धौला जिला बरनाला जी। मोबाइल नंबर 98785-85499। ठीक, अज आपां किन्ने नग दिखाउणे वीर? वीरे गावां तां 8 ने, 3 बिकियां होईयां ते 5 नेगियां। 5 बिकियां ने, 3 सेल हो गईयां। हां जी। पहले नंबर ते आपां देखदे आं जर्सी पंजाब वाली। हां जी वीरे। केड़ा सूआ सुंदी है? इह दूजा सूआ जी, मुहों 6 दा दू। ਠੀਕ ਹੈ। ਇਹਦਾ ਪਲੂਮ ਦਾ 28-29 ਕਿਲੋ ਦੁੱਧ ਕੱਢਿਆ ਵਾ 30 ਪਲੱਸ ਦੇ ਦੂ ਇਸ ਵਾਰ ਦੀ। ਦਿਨ ਕਿੰਨੇ ਕਿ ਲੈ ਜੂ ਅਜੇ? ਦਿਨ ਇਹਦੇ 13 ਦਿਨ ਰਹਿੰਦੇ ਆ ਜੀ। 13 ਦਿਨ ਸੂਣ ਚ ਬਾਕੀ ਆ। ਹਾਂਜੀ। ਤੇ ਦੁੱਧ 30 ਦੇ ਲਵੇ ਲਾਉਣੇ ਪਲੱਸ ਲੋਗੀ ਵੀਰੇ ਦੇ ਸਕਦੇ। ਆਪਣੀ ਜਰਸੀ ਆ ਠੰਡੀ ਸੀਲ। ਠੀਕ ਹੈ। ਜਿਵੇਂ ਮਰਜ਼ੀ ਆ ਲੇਵਾ ਲੈ ਕੇ ਖੜਿਆ ਬੈਠਾ ਜਾਣਾ ਤੇ ਜਗਾ। ਸਹੀ ਦਿਨ ਕਿੰਨੇ ਵੀਰੇ ਹਲੇ? 13 ਦਿਨ ਰਹਿੰਦੇ ਵੀਰੇ ਸਾਜੀ। 13 ਦਿਨ ਸੂਣ ਚ ਬਾਕੀ ਆ। ਜਿੱਦੇ 13ਵਾਂ ਦਿਨ ਚੜਨਾ ਉਹਦੇ ਗੱਲਾਂ ਬਾਤਾਂ ਹੋਰ ਹੋਣਗੀਆਂ ਇਹਦੀਆਂ ਤੇ ਬਾਕੀ ਅੱਗੇ ਤੋਂ ਪਤਲੀ ਥਾਂ ਥੂਣ ਦੇਖੋ ਬਹੁਤ ਜ਼ਿਆਦਾ ਚੰਗਾ। ਨਾੜਾ ਨੂੜਾ ਚੰਗੀਆਂ ਦਿਖਾਈ ਦਿੰਦੀਆਂ ਪਈਆਂ ਲੇਵੇ ਦੇ ਤੇ। ਸੋ ਵੀਰੋ ਪਹਿਲੇ ਨੰਬਰ 'ਤੇ ਜਰਸੀ ਪੰਜਾਬ ਵਾਲੀ ਕੱਦ ਕਾਠ ਬਹੁਤ ਜ਼ਿਆਦਾ ਵੱਡਾ ਅਤੇ ਲੇਵਾ ਵੀ ਪੂਰਾ ਜਮ੍ਹਾਂ ਰਿਕਾਰਡ ਤੋੜ ਵਾਲੀਆਂ ਗੱਲਾਂ ਹੀ ਆ ਅਤੇ ਨਾੜਾ ਨੂੜਾ ਦੇਖੋ ਲੇਵੇ ਦੇ ਬਹੁਤ ਜਿਹਾ ਇਕੱਲੀ 13 ਦਿਨਾਂ ਦੀ ਕੱਚੀ ਆ। 13 ਦਿਨਾਂ ਨੂੰ ਦੇਖਣ ਵੀ ਤੂੰ ਤਿੱਗਣਾ ਮਾਲ ਜਾ ਵੜਨਾ ਥੱਲੇ ਦੇ ਥਣ ਵੀ ਬਹੁਤ ਨਿਖਣ ਵਾ ਅਤੇ ਮੂਹਰੇ ਸਰਦੀ ਹੈਗੀ। 13 ਦਿਨ ਤੋਂ ਵੀ ਪਿਆ, 13 ਦਿਨਾਂ ਦੇ ਵਿੱਚ ਮੰਨ ਕੇ ਚੱਲੋ ਮੌਸਮ ਵੀ ਪੂਰਾ ਠੰਡਾ ਸਟਾਰਟ ਹੋ ਜਾਣਾ ਅਤੇ ਮੂਹਰੇ ਕਣਕਾਂ ਦੀਆਂ ਵਾਢੀਆਂ ਦਾ ਇੱਕ ਸਿਰਾ ਕਰਾ ਦੇਣਾ ਦੁੱਧ ਵਾਲਾ ਦੇਣੇ ਜਿਵੇਂ ਅਤੇ ਥਣ ਥੁਣ ਪੂਰਾ ਨਿਖਣ ਵਾ ਅਤੇ ਵੀਰੇ ਭਾਅ ਆਪ ਇਹਦਾ ਕੀ ਕਰਦੇ ਆ? ਭਾਅ ਫੋਨ 'ਤੇ ਕਰਾਂਗੇ, ਜਾਇਜ਼ ਗੱਲ ਆ ਕਿਉਂਕਿ ਦਿਨ 13 ਹਜੇ ਲੈਂਦੀ ਪਈ ਆ ਤਾਂ ਕਰਕੇ, ਕਿਉਂਕਿ 12-13 ਦਿਨ ਪਸੂ ਕੀ ਰੁਕ ਵਗੈਰਾ ਵੀ ਜਾਂਦਾ ਹੈਗਾ। ਸਰ ਲੇਵੇ ਦੀ ਸਾਫ਼ ਸੁਥਰੀ ਚੰਗੀ ਸਮੀ ਬਣੀ ਇਹ ਆਇਆ ਬਾਈ ਜੀ ਢਿੱਲੋਂ ਸਾਹਿਬ, ਮੇਨ ਗੱਲ ਆ ਕਿ ਕੋਈ ਆਇਆ 50-55-60 ਵਾਲਾ ਦਾ ਫੋਨ ਕਰੇ ਨਾ ਵੀ ਨਹੀਂ ਚੰਗੀ ਆ। ਬਾਕੀ 30 ਕਿਲੋ ਹੀ ਪਤਾ ਹੀ ਆਪਾਂ 30 ਪਲੱਸ ਵਾਲੀ ਆ। ਠੀਕ ਹੈ ਸਰ, ਜਾਇਜ਼ ਗੱਲ ਆ ਕੋਈ ਕਹੇ ਮੈਨੂੰ ਇਹ ਚੀਜ਼ ਦੀ ਪਰਖਾ ਵੀ ਹੀਰਾ ਦਾ ਇਹ? ਠੀਕ ਹੈ ਠੀਕ ਆ ਵੀਰ, ਵੀ ਕਹਿੰਦੇ 40 ਲੈ ਲਾ, 35 ਲੈ ਲਾ, 50 ਲੈ ਲਾ ਕਿ ਨਹੀਂ 50-60 ਵਾਲਾ ਵੀ ਨਾ ਕਰੇ। ਠੀਕ ਆ, ਆਪ ਨੂੰ ਵੀ ਚੰਗੀ ਕੀਮਤ ਭਰ ਕੇ ਖਰੀਦਣੀ ਪੈਂਦੀ ਆ। ਸਰ ਰਿਕਾਰਡ ਤੋੜ ਚੀਜ਼ਾਂ ਹੈਗੀਆਂ, ਜਿਵੇਂ ਸ਼ੋ ਕੁਆਲਿਟੀ ਬਰੀਡ ਤਿਆਰ ਕਰਨ ਵਾਲੀ ਬੈੜ ਹੈਗੀ ਹੈ। ਪਹਿਲੇ ਨੰਬਰ 'ਤੇ ਪੰਜਾਬ ਵਾਲੀ ਜਰਸੀ, ਬਿਲਕੁਲ ਕੋਈ ਇਹ ਨਹੀਂ ਗੱਲ ਵੀ ਹਿਮਾਚਲ ਵਾਲੀ ਨੂੰ ਚੱਕਿਆ ਮੂੰਹ ਆਪਾਂ ਪੰਜਾਬ ਵਾਲੀ ਕਹਿ ਤਾ, ਪੰਜਾਬ ਵਾਲੀ ਹੈ ਤਾਂ ਪੰਜਾਬ ਵਾਲੀ ਹੋਈ ਹੈ। ਹਾਂਜੀ ਵੀਰੇ, ਸੱਚ ਐਨ ਦੂਜੇ ਨੰਬਰ ਵਾਲੀ ਆਪਾਂ ਜਿਹੜੀ ਜਰਸੀ ਦੇਖਦੇ ਪਏ ਹਾਂ ਇਹ ਵੀ ਬਹੁਤ ਚੰਗੀ ਜਰਸੀ ਹੈ ਜੀ। ਪਲੂਮ ਮੱਛੀ ਆ, ਮੂੰਹ 4 ਦੰਦ ਆ ਜੀ, ਮੂੰਹ 4 ਦੰਦ ਅਤੇ ਕੱਦ ਕੁੱਦ ਬੜਾ ਵੱਡਾ ਲਈ ਫਿਰਦੇ। ਠੀਕ ਹੈ, ਕੱਦ ਕਾਠ ਬਹੁਤ ਵੱਡਾ, ਫੇਸ ਕੁਆਲਿਟੀ ਵਗੈਰਾ ਦੇਖੋ ਇਹਦੀ ਅਤੇ ਥਣ ਲੇਵਾ ਵੀ ਪੂਰਾ ਸੋਹਣਾ ਸਾਫ਼ ਸੁਥਰਾ ਚੰਗਾ ਅਤੇ ਬਾਕੀ ਸਮੀ ਬਲੀ ਜਾਨ ਨਾਲ ਜਾਤ ਪਾਤ ਵਾਲੀ ਆ। ਅਤੇ ਵੀਰੇ ਦਿਨ ਕਿੰਨੇ ਕੁ ਪਏ ਆ ਸੂਨ 'ਚ ਇਹਦੇ? 20 ਦਿਨ ਇਕੱਲੀ ਕੱਚੀ ਕੱਚੀ ਹੋਈ ਆ। ਫੇਸ ਕੁਆਲਿਟੀ ਅਤੇ ਕਲਰ ਬਹੁਤ ਜ਼ਿਆਦਾ ਚੰਗਾ ਅਤੇ ਸਾਇਜ਼ ਤਾਂ ਛੋਟ ਹੀ ਹੈ ਹੀ ਨਹੀਂ, ਛੋਟਾ ਮੋਟਾ ਬੰਦਾ ਤਾਂ ਮੇਰੇ ਹਿਸਾਬ ਨਾਲ ਕੋਲੇ ਖੜਾ ਦਿਖ ਰਹੇ ਨਹੀਂ ਇਹਦੇ। ਅਤੇ ਥਣ ਲੇਵੇ ਢਿੱਲ ਢੁੱਲ ਮਿਲਕ ਵੇਨ ਅਤੇ ਪੂਰੀ ਚੰਗੀ ਬੱਚੀ ਤਿਆਰ ਹੋ ਜਾਤ ਪਾਤ ਵਾਲੀ। ਇਹ ਨਹੀਂ ਗੱਲ ਕਿ ਟੁੱਟ ਮਾਲ ਲੇਵਾ, ਇਹਦਾ ਸਟਿਚ ਰੈਡਰ ਦੀ ਰਹਿਣਾ ਬਿਲਕੁਲ ਜਮਾ ਨੇ। 25-26 ਕਿਲੋ ਦੇ ਦੂ ਜੀ ਪਲੋਣੀ ਬੱਚੀ, ਨਹੀਂ ਦੇ ਦੂ ਸੁਨੱਖਾ ਪਾਣੀ ਬਹੁਤ ਜ਼ਿਆਦਾ ਘਰੇ ਖੜੀ ਜਜਣ ਵਾਲੀ ਚੀਜ਼ ਆ ਜਮਾ। ਅਤੇ ਫਿਰ ਮੁੱਲ ਵਾੜੀ ਇਹਦਾ ਕਰਨਾ ਹੁਣ ਕਿਵੇਂ ਕਰਨਾ ਮੁੱਲ, ਕਿਉਂਕਿ ਕੱਚੀ ਆ ਹਲੇ। ਅਤੇ ਦੁੱਧ 25-26 ਕਿਲੋ ਆਰਾਮ ਨਾਲ ਦੂ, ਫੇਸ ਕੁਆਲਿਟੀ ਵਗੈਰਾ ਦੇਖੋ, ਲੈ ਚਲੋ ਜਮਾ ਹਸਤਾ ਦਾ ਬੱਚਾ ਜਾਂ ਬਰੀਡ ਤਿਆਰ ਕਰ ਲਓ ਜਿਹੜਾ ਵੀਰ ਲੈ ਗਿਆ ਇਹਨੂੰ, ਚੰਗੀ ਸਮੀ ਬਲੀ ਜਾਤ ਪਾਤ ਵਾਲੀ ਆ। ਹਾਂਜੀ ਵੀਰ, ਤੀਜੇ ਨੰਬਰ 'ਤੇ ਫੇਸ ਜਰਸੀ ਆ ਗਈ। ਹਾਂ ਇਹ ਕਿਹੜਾ ਸੂਆ ਵੀਰ ਸੁਣਦੀ ਆ? ਦੂਜਾ ਸੂਆ ਸੁਣਦੀ ਆ ਜੀ। ਠੀਕ ਹੈ, ਰਾਜੀ ਰੂਜੀ ਬਹੁਤ ਆ, ਸਾਂਡਰ ਕੀ ਵੀ ਹੈ ਜਮਾ। ਇਹਦਾ ਵੀ 23-24 ਕਿਲੋ ਪਲੂਮ ਦਾ ਦੁੱਧ ਕੱਢਿਆ ਦਾ ਜੀ। ਠੀਕ ਹੈ ਜੀ, 25 ਪਲੱਸ ਦੇ ਦੂ ਜੀ। ਨਾੜਾ ਨੂੜਾ ਦੇਖੋ ਜੀ ਲੈਣੇ ਚਾਹੀਦੇ। ਦਿਨ ਕਿੰਨੇ ਕੁ ਲੈ ਜੂਗਾ ਜੀ? ਦਿਨ ਇਹਦੇ 12-13 ਰਹਿੰਦ੾ ਆ ਜੀ। 12-13 ਸੂਨ 'ਚ ਬਾਕੀ ਆ ਚੀਜ਼ਾਂ ਦੇਖੋ ਜੀ। ਅਤੇ ਮਿਲਕ ਵੈਨ ਦਾ ਰੱਸਾ ਪੈ ਵੀ ਚੱਕੀ ਫਿਰ ਰਿਹਾ, ਜਿਹੀ ਮੱਸੀ ਮੋਟਰ 'ਤੇ ਪਾਈ ਹੁੰਦੀ ਆ, ਥਣ ਥੁਣ ਬਹੁਤ ਚੰਗਾ ਸਾਫ਼ ਸੁਥਰਾ। ਅਤੇ ਦਿਨ ਕਿੰਨੇ ਸਹੀ ਇਹਦੇ? 10-15 ਰਹਿੰਦੇ ਆ ਜੀ। 10-15 ਸਾਰੀਆਂ ਕੱਚੀਆਂ ਹੀ ਇਕਦੀਆਂ ਹਨਾ। ਠੀਕ ਹੈ, ਮੰਨ ਲਾ ਸਿਆਲੋ ਸਿਆਲ ਨਜ਼ਾਰੇ ਦੇਣ ਵਾਲੀਆਂ ਅਤੇ ਇਹਦਾ ਮੁੱਲ ਵੀ ਫਿਰ ਫੋਨ 'ਤੇ ਕਰਨਾ? ਠੀਕ ਹੈ, ਸੋ ਫਿਰ ਮੁੱਲ ਫੋਨ 'ਤੇ ਆ ਕਿਉਂਕਿ ਕੱਚੀਆਂ 10-10 ਦਿਨਾਂ ਤਾਂ ਕਰਕੇ ਫੋਨ 'ਤੇ ਕਰਨੇ ਪੈਂਦੇ ਆ, ਨਹੀਂ ਆਪਾਂ ਤੁਹਾਨੂੰ ਮੁੱਲ ਵੀ ਦੱਸ ਦਿੰਦੇ, ਕੋਈ ਚੱਕਰ ਵਾਲੀ ਗੱਲ ਨਹੀਂ ਸੀ। ਪਹਿਲਾਂ ਆਪਾਂ ਸਾਰੀਆਂ ਗਾਵਾਂ ਦੇ ਕਰਦੇ ਆ ਜੀ। ਠੀਕ ਹੈ ਠੀਕ ਹੈ, ਹਾਂ ਕਿਉਂਕਿ ਕੱਚੀਆਂ ਪਸ਼ੂ 10-12 ਦਿਨ ਖੜ ਖੁੜ ਜਾਂਦਾ ਜੀ। ਠੀਕ, ਸੋ ਇਹ ਸੀਗੀ ਤੀਜੇ ਨੰਬਰ। ਠੀਕ ਹੈ, ਅਤੇ ਬਿਹੜਾ ਪੂਰੀਆਂ ਵੱਡੀਆਂ ਹੁੰਦੜ ਹੇਲ ਆ ਇਹਨੀ। ਕਈ ਵਾਰ ਵੀਰ ਅੱਜ ਤੋਂ ਪਹਿਲਾਂ ਟ੍ਰੈਂਡ ਕੀ ਚੱਲਦਾ ਸੀ, ਆਪਾਂ ਜਰਸੀ ਲੈਣੇ ਛੋਟੀ ਘੱਟ ਪਾ ਦੀ 20,000-25,000 ਵਾਲੀ, ਜਿਵੇਂ ਆਪਾਂ 20-25,000 ਵਾਲੇ ਜਰਸੀਆਂ ਲੈ ਲੈਂਦੇ ਹਾਂ। ਅਤੇ ਉਹ ਮੈਂ ਇਹ ਗੱਲ ਦੇਖਿਆ, 4-5 ਤਾਂ ਮੈਂ ਬਿਹੜਾ ਇਹੋ ਜਿਹਾ ਪਛਾਣ ਲਿਆ ਜਿਹੜੀ ਮੇਰੀ ਵੀ ਵੀਡੀਓ ਕਵਰ ਕੀਤੀ ਵੀ ਸੀਗੀ, ਅਤੇ ਬਿਮਾਰੀ ਆ ਗਈ 20-25,000 ਵਾਲੇ ਵੀਰਾਂ ਨੂੰ ਛੱਡਣੀਆਂ ਪੈ ਗਈਆਂ, ਅਤੇ ਦੁੱਧ ਵੀ 8-9 ਕਿਲੋ ਦਿੰਦੀਆਂ। ਪਰ ਜਿਹੜੀ ਪੰਜਾਬ ਵਾਲੀ ਜਰਸੀ ਆ ਇਹ ਚੰਗੀ ਆ, ਦੁੱਧ ਇਹ ਵਧੀਆ ਪਾਉਂਦੀ ਹੁੰਦੀ ਆ, ਅਤੇ ਪ੍ਰੋਡਕਸ਼ਨ ਇਹਨਾਂ ਨੇ ਦੁੱਧ ਤੋਂ ਘਰ ਪੂਰਾ ਕਰਨਾ ਹੈਗਾ, ਜਾਣ ਜਾਤ ਪਾਤ, ਅਤੇ 25-25-26 ਕਿਲੋ ਤੱਕ ਦੁੱਧ ਦੇ ਦੇਣਗੇ। ਸੀਗੀ ਤੀਜੇ ਨੰਬਰ ਵਾਲੀ ਪੰਜਾਬ ਵਾਲੀ ਜਰਸੀ।
ਸੋ ਢਿੱਲ ਵਗੈਰਾ ਦੇਖ ਸਕਦੇ ਆਡਰ ਚ ਬਹੁਤ ਢਿੱਲ ਪਈ ਆ ਪੂਰਾ ਸਾਫ ਸੁਥਰਾ ਚੰਗਾ ਲੇਵਾ ਦਿਖਾਉਣਾ ਬੈਡ ਬਹੁਤ ਚੰਗੀ ਆ ਬਹੁਤ ਵਧੀਆ ਮੰਨ ਲਾ ਵੀ ਫਿਕਸ ਹੈਡਰ ਦੀ ਬਣੂਗੀ ਜੀ ਇਹ ਠੀਕ ਹੈ ਟੁੱਟਣਾ ਵਗੈਰਾ ਨਹੀਂ ਕਰਦੀ ਬਹੁਤ ਵਧੀਆ ਟੌਪ ਕੁਆਲਿਟੀ ਦੀ ਬੜੀ ਹੈ ਚੌਥੇ ਨੰਬਰ ਤੇ ਫੇਰ ਜਰਸੀ ਰੰਗ ਕਾਲਾ ਆ ਗਿਆ ਥੋੜਾ ਜਿਹਾ ਦਿਖਾ ਗਈ ਜੀ ਥੋੜੀ ਜਰਸੀ ਦੀ ਠੀਕ ਹੈ ਇਹਦਾ ਫਿਰ ਦੁੱਧ ਵੀ ਚੰਗਾ ਦੂ ਵਧੀਆ ਹਾਂ ਜੀ ਇਹ ਬਾਕੀ ਦੇਖ ਕੇ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਜੀ ਗਾਂ ਦੇ ਹਿਸਾਬ ਨਾਲ ਗਾਂ ਦੇ ਅਕੋਰਡਿੰਗ ਤੁਸੀਂ ਆਪ ਦੇਖ ਸਕੋ ਕਿ ਕਿੰਨਾ ਦੁੱਧ ਦੇਣਾ ਸੋ ਬਰੋ ਨਾਗ ਬਾਈ ਕਹਿੰਦਾ ਅੱਜ ਚਾਰ ਕੀ ਦਿਖਾਉਣੇ ਆ ਤੇ ਪੰਜਵੇਂ ਨੰਬਰ ਦਾ ਪਰ ਛੋਟੀ ਦਾ ਛੋਟੀ ਕਹਿਣੀ ਪੂਏ ਤਾਂ ਛੋਟੀ ਹੈ ਜੀ ਇਹਦਾ ਬਈ ਜਮਾ ਛੋਟੀ ਆ ਤੇ ਚਾਰ ਜਿਹੜੀਆਂ ਹੈਗੀਆਂ ਗਿਆ ਇਹਦਾ ਚੰਗੀ ਆ ਜਮਾ ਕਹਿੰਦੇ ਹੁੰਦੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਹਰ ਕੁੜੀ ਇਸ ਕੇ ਦੀ ਚੋਰ ਆ ਗਈ ਉਹ ਜੀ ਜਬਰ ਇਸ ਕੇ ਜਿਹੜਾ ਕਰਦਾ ਗਾਵਾਂ ਦੇ ਪਿਆਰ ਕਰਦਾ ਹਨਾ ਪਸ਼ੂ ਪਾਲਣ ਨੂੰ ਉਹ ਬੰਦਾ ਖਰੀਦੂ ਇਹਨਾਂ ਨੂੰ ਖੈਰ ਬਿਹੜਾ ਬਹੁਤ ਚੰਗਾ ਕੱਦ ਕੁੱਦ ਵੀ ਚੰਗੇ ਆ ਜ਼ਿਆਦਾ ਸੁਨੱਖਾ ਵਾ ਤਾਂ ਕਿਆ ਬਾਤੇ ਆ ਜਮਾ ਬਹੁਤ ਸੁਨੱਖੀ ਆ ਪੂਰੇ ਸਾਫ਼ ਸੁਥਰੇ ਲੇ ਵੀ ਤੇ ਬਾਕੀ ਠੰਡੀ ਠੁੰਡੀ ਬਹੁਤ ਪਈ ਆ ਸਟ੍ਰੈਚਰ ਅਡਰ ਇਹਦਾ ਤੇ ਦਿਨ ਕੁਝ ਕੁ ਲੈਂਦੀ ਪਈ ਆ ਸੂਨ 'ਚ ਬਾਕੀ ਕਲਰ ਬਹੁਤ ਪਿਆਰਾ ਇੱਦਾਂ ਦਾ ਕਲਰ ਨਹੀਂ ਮਿਲਦਾ ਦੇਖਣ ਨੂੰ ਐਚ ਐਫ ਅਤੇ ਜਰਸੀ ਦੋਨੇ ਚੀਜ਼ਾਂ ਦਾ ਕ੍ਰੋਸ ਅਟੈਚਮੈਂਟ ਆ ਗਈ ਤੇ ਵੀਰੇ ਕਿਹੜਾ ਸੂਆ ਸੁਣਦੀ ਹੈ ਇਹ ਇਹ ਦੂਜਾ ਸੂਆ ਜੀ ਦਿਨ ਕਿੰਨੇ ਕੁ ਲੈ ਜੂਗਾ ਜੀ ਦਿਨ 10 ਰਹਿ ਗਏ ਵੀਰੇ 10 ਦਿਨ ਸੂਨ 'ਚ ਬਾਕੀ ਆ ਉਹ ਤਾਂ 25-26 ਕਿਲੋ ਖੁੱਲ੍ਹਾ ਹੀ ਦਿੱਤਾ ਹੋਇਆ ਠੀਕ ਹੈ ਕਰੈਕਟਰ ਜਰਸੀ ਵਾਲੇ ਤੇ ਕੱਦ ਹੈਗਾ ਇਹਦਾ ਐਚ ਐਫ ਵਾਲਾ ਲੇਵਾ ਕੱਦ ਕਾਰਡ ਬਿਊਟੀ ਬਹੁਤ ਜ਼ਿਆਦਾ ਦੇਖੋ ਜਮਾ ਪੂਰੀ ਸੁਨੱਖੀ ਜਮਾ ਮੱਝਾਂ ਵਰਗੇ ਨਜ਼ਰ ਨੇ ਕਿਉਂਕਿ ਥੋੜ੍ਹਾ ਜਿਹਾ ਕ੍ਰੋਸ ਪਾਉਣਾ ਜੇ ਹਨਾ ਫੈਟ ਵਗੈਰਾ ਚੰਗੀ ਵੱਧ ਜਾਂਦੀ ਉਹ ਚੀਜ਼ਾਂ ਨਾਲ ਸਭ ਚੌਥੇ ਨੰਬਰ ਵਾਲੀ ਬੈਠਦਾ ਲੇਵਾ ਲੂਵਾ ਦੇਖੋ ਬਹੁਤ ਚੰਗਾ ਕਰਮ ਵਾਲੀ ਥਾਂ ਤੁਹਾਨੂੰ ਪੂਰਾ ਨਿਖਣ ਵਾਸਤੇ ਬਾਕੀ ਠੰਡੀ ਅੰਤ ਕੋਈ ਨਹੀਂ ਇਹਦਾ ਨਾੜਾ ਨੂੜਾ ਚੰਗੀ ਆ ਸਾਫ਼ ਸੁਥਰੀਆਂ ਨਹੀਂ ਸਹੀ ਗੱਲ ਆ ਭਾਵੇਂ ਰੁਪਇਆ ਨਫ਼ਾ 2-4 ਹਜ਼ਾਰ ਲੈ ਲਓ ਕੋਈ ਗੱਲ ਨਹੀਂ ਪਰ ਚੀਜ਼ ਚੰਗੀ ਲੈ ਕੇ ਦਿਓ ਬੰਦੇ ਨੂੰ ਮੈਂ ਦੇਖਿਆ ਤੇਰੇ ਹੁਣ ਮੰਨ ਕੇ ਜਿਹੜਾ ਸਬਸਕ੍ਰਾਈਬਰ ਪੁਰਾਣੇ ਵੀਡੀਓ ਦਿੰਦੇ ਸੀ ਆਪਣੇ ਉਹ ਪੱਕੇ ਹੀ ਹੁੰਦੇ ਤੇਰੇ ਕੋਲ ਬਾਕੀ ਹਾਂ ਹਾਂ ਬੰਦੇ ਠੀਕ ਹੈ ਠੀਕ ਹੈ ਸੋਹਣੀ ਦੁੱਧ ਕਿੰਨਾ ਦਾ 10 ਕਿਲੋ ਤੋਂ ਬਾਹਰ ਹੋ 11 ਹੋ ਗਏ 12 ਹੋ ਗਏ ਮੰਨ ਲਾ ਦੇ ਦੂ 13 14 ਹਾਂ 13 ਕਿਲੋ ਆਰਾਮ ਨਾਲ ਦੇ ਦੇ 13 14 ਕਿਲੋ ਦੁੱਧ ਦੇ ਦੂ ਭਾਅ 32000 ਦਾ ਸਾਈਜ਼ ਮੀਡੀਅਮ ਇਹਦਾ ਆਪਣਾ ਦੇਖੋ ਜੀ ਸਾਈਜ਼ ਛੋਟਾ ਜਿਹੜੀ ਚੀਜ਼ ਆ ਹਜੇ ਦੰਦਾਂ 'ਚ ਵੀ ਹੈ ਖੀਰੀ ਜਾਂ ਦੋ ਦੰਦ ਦੀ ਹੋਊ ਜੀ ਠੀਕ ਹੈ ਸਾਹੀ ਵਾਲ ਕਰਾਉਸਾ ਮੈਂ ਵਰਗਾ ਦੁੱਧ ਹੈ ਜੀ ਖੈਰ ਆਪਣਾ ਟਾਈਮ ਮੇਰੇ ਹਿਸਾਬ ਨਾਲ 1 ਵਜੇ ਦਾ ਲਗਭਗ ਟਾਈਮ ਆ ਵੀਡੀਓ ਕਵਰ ਕਰਨ ਦਾ ਤੇ ਥਾਣ ਲੈਵਾ ਚੰਗਾ ਕਰਮ ਵਾਲੀ ਸਾਫ਼ ਸੁਥਰਾ ਫੇਸ ਕੁਆਲਿਟੀ ਬਹੁਤ ਅਗਲੀ ਵਾਰ ਨੂੰ ਬਥੇਰੀ ਵੱਡੀ ਹੋ ਜਾਣੀ ਜਿਹਨੇ ਠੀਕ ਹੈ ਉਮਰ ਦੀ ਕੱਚੀ ਹੈ ਜੀ ਹਲੇ ਤਾਂ ਛੋਟੀ ਆ ਸੋ ਠੀਕ ਆ ਸੋ ਵੀਰੇ ਥੋੜ੍ਹੀ ਛੋਟੀ ਜ਼ਰੂਰ ਹੈਗੀ ਪਰ ਕੱਦ ਕਾਠ ਤਾਂ ਖੈਰ ਉਸ ਹਿਸਾਬ ਨਾਲ ਜਜਮੈਂਟ ਠੀਕ ਆ ਲੇਵਾ ਕਰਨ ਵਾਲੇ ਦੇ ਬਹੁਤ ਚੰਗਾ ਭਾਅ ਸਿਰਫ 32000 ਦਾ ਅਤੇ ਅੱਗੇ 4 ਦਿਖਾਤੀ ਵੱਡੀਆਂ ਵੱਡੀਆਂ ਅਤੇ 5ਵੀਂ ਦਿਖਾਤੀ ਆਪਾਂ ਮੀਡੀਅਮ ਸਾਈਜ਼ ਵਾਲੀ 9875-8499 ਵੀਰ ਦਾ ਕੰਟੈਕਟ ਨੰਬਰ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਪਾਰ ਦਾ ਕੰਮ ਆ ਬਚਪਨ ਤੋਂ ਲੈ ਕੇ ਵੀਰੇ ਇਸ ਕੰਮ ਦੇ ਵਿੱਚ ਪਿਆ ਵਾ ਤਜਰਬਾ ਵੀਰ ਦਾ ਬਹੁਤ ਵਧੀਆ ਹੈਗਾ ਕਿਉਂਕਿ ਜਦੋਂ ਪਿਓ ਦਰ ਪੀੜ੍ਹੀ ਵਰ ਪੀੜ੍ਹੀ ਕੰਮ ਚੱਲਦਾ ਹੋਵੇ ਉੱਥੇ ਬੰਦੇ ਨੂੰ ਜਾਣਦਾ ਬੱਚਾ ਵੀ ਚਵਾਈ ਕਰਨ ਲੱਗ ਜਾਂਦਾ ਤਜਰਬਾ ਵਧੀਆ ਬਣ ਜਾਂਦਾ ਨਿਰਖ ਭਰ ਕੇ ਸਾਫ਼ ਸੁਥਰਾ ਵੀਰ ਪਸ਼ੂ ਲੈ ਕੇ ਆਉਂਦਾ ਹੈਗਾ ਸੋ ਕਿਸੇ ਵੀ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਕਿਉਂਕਿ ਹਰ ਵਕਤ ਵੀਰ ਕੋਲ 5-7 ਨਾਗ 10 ਤੱਕ ਹੁੰਦੇ ਆ ਵੀਡੀਓ ਤੋਂ ਬਗੈਰ ਵੀ ਜਦੋਂ ਮਰਜ਼ੀ ਤੁਸੀਂ ਵੀਰ ਕੋਲ ਆ ਸਕਦੇ ਹੋ ਪਸ਼ੂ ਤੁਹਾਨੂੰ ਫਿਲਹਾਲ ਹਾਜ਼ਰ ਮਿਲੂਗਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ